ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਕਿਵੇਂ ਹੋ ਤੁਸੀਂ ਸਾਰੇ? ਹੋਪਸੋ ਤੁਸੀਂ ਸਾਰੇ ਵਧੀਆ ਹੋਵੋਗੇ। ਅਤੇ ਇੱਧਰ ਪਤਾ ਨਹੀਂ ਇਹਨੂੰ ਕਾਹਦੀਆਂ ਸੁਸਤੀਆਂ ਚੜੀਆਂ ਹੋਈਆਂ ਨੇ, ਟੌਰ ਦੇ ਨਾਲ ਪਈਆ ਬੈੱਡ 'ਤੇ। ਅਤੇ ਸਾਫ਼ ਸਫਾਈਆਂ ਦੇ ਕੰਮ ਆ ਜਿਹੜੇ ਆਪਣੇ ਹੋ ਗਏ ਸੀ, ਨਿਬੜ ਗਏ ਸੀਗੇ, ਅਤੇ ਹੁਣ ਆਪਾਂ ਹੋ ਗਏ ਹਾਂ ਵਿਹਲੇ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਸ਼ਾਮ ਦਾ ਟਾਈਮ ਹੋ ਚੁੱਕਿਆ ਅਤੇ ਮੈਂ ਬਣਾਉਣੀ ਹੈਗੀ ਪਾਲਕ ਦੀ ਭੁਰਜੀ। ਪਾਲਕ ਤਾਂ ਕੱਟ ਕੇ ਧੋ ਕੇ ਰੱਖ ਲਿਆ ਸੀਗਾ ਅਤੇ ਪਾਣੀ ਪੂਣੀ ਨੁੱਚੜ ਗਿਆ, ਤਾਂ ਮੰਮੀ ਕੱਟ ਗਏ ਸੀਗੇ ਦਾਤ ਦੇ ਨਾਲ, ਬਿਕੋਜ਼ ਮੈਨੂੰ ਦਾਤ ਆ ਜਿਹੜਾ ਚਲਾਉਣਾ ਨਹੀਂ ਆਉਂਦਾ ਹੈਗਾ, ਉਹ ਤਾਂ ਮੰਮੀ ਉਹ ਕਰਦੇ ਹੁੰਦੇ ਹੈਗੇ। ਅਤੇ ਆਟਾ ਇਹ ਆਪਾਂ ਡੋਗੀਆਂ ਦੀਆਂ ਰੋਟੀਆਂ ਲਾਉਣੀਆਂ ਨੇ, ਮੈਂ ਫਰਿੱਜ 'ਚੋਂ ਕੱਢ ਕੇ ਰੱਖਤਾ ਸੀਗਾ, ਸਵੇਰੇ ਸੀਗਾ ਜਿਹੜਾ ਗੁੰਨਿਆ, ਅਤੇ ਬਸ ਹੁਣ ਮੈਂ ਲਾ ਦੂੰਗੀ ਭੁਰਜੀ ਨੂੰ ਤੜਕਾ। ਲਓ ਜੀ ਆਪਾਂ ਨੇ ਪਾਤਾ ਤੇਲ, ਅਤੇ ਹੁਣ ਜਿਹੜੇ ਮਸਾਲੇ ਨੇ ਮੈਂ ਉਹ ਕੱਢ ਲੂੰਗੀ, ਜਿੱਦਾਂ ਨਮਕ ਹੋ ਗਿਆ, ਹਲਦੀ ਹੋ ਗਈ, ਮਿਰਚ ਹੋ ਗਈ। ਵੈਸੇ ਤਾਂ ਮੈਂ ਹਰੀ ਮਿਰਚ ਪਾ ਲਈ ਵਾਹਵਾ, ਪਰ ਫਿਰ ਵੀ ਬਹੁਤ ਰੈੱਡ ਵੀ ਪਾਵਾਂਗੀ ਕਿਉਂਕਿ ਮੈਨੂੰ ਇਕੱਲੀ ਮਿਰਚ ਵਧੀਆ ਨਹੀਂ ਲੱਗਦੀ। ਗਰਮ ਮਸਾਲਾ ਕਿੱਥੇ ਗਿਆ? ਗਰਮ ਮਸਾਲਾ ਇਹਦੇ ਵਿੱਚ ਤਾਂ ਥੋੜ੍ਹਾ ਰਹਿ ਗਿਆ, ਹੁਣ ਮੈਨੂੰ ਉੱਪਰੋਂ ਕੱਢਣਾ। ਹਲੋ ਜੀ ਆ ਗਿਆ ਆਪਣਾ ਗਰਮ ਮਸਾਲਾ, ਇਹਦੇ ਵਿੱਚ ਪਿਆ ਵਾ ਵਾਹਵਾ। ਚਲੋ ਲਓ ਜੀ, ਮੈਨੇ ਮਸਾਲੇ ਸਾਰੇ ਜਿਹੜੇ ਸੀਗੇ ਆਪਣੇ ਕਹਿੰਦੇ ਹੁੰਦੇ ਆ, ਸੋਰੀ, ਪਿਆਜ਼ ਵਗੈਰਾ, ਟਮਾਟਰ ਹੋ ਗਿਆ, ਲਸਣ ਹੋ ਗਿਆ, ਹਰੀ ਮਿਰਚ ਸਾਰਾ ਪਾਤਾ ਗਾ। ਲਸਣ ਮੈਂ ਥੋੜ੍ਹਾ ਜਿਹਾ ਕੱਪ ਦੇ ਵਿੱਚ ਕੁੱਟਿਆ ਬੇਲਣੇ ਨਾਲ ਮੰਮੀ ਨੂੰ, ਕਿਉਂਕਿ ਇੱਦਾਂ ਹੀ ਪਸੰਦ ਆਉਂਦਾ ਲਸਣ। ਆ ਵਿੱਚ ਇੱਕ ਗੰਢੀ ਰਹਿ ਗਈ ਮੇਰੀ ਲਸਣ ਦੀ, ਇੱਕ ਦੋ ਰਹਿ ਗਈਆਂ, ਚਲੋ ਕੋਈ ਨਹੀਂ, ਇੰਨਾ ਕੁ ਤਾਂ ਕਰ ਜੂਗਾ। ਬਸ ਹੁਣ ਮੈਂ ਪਾ ਲੂੰਗੀ ਮਸਾਲੇ, ਮਸਾਲੇ ਸਾਰੇ ਮੈਨੇ ਇੱਕ ਪਲੇਟ ਦੇ ਵਿੱਚ ਕੱਢ ਲਏ ਆ। ਨਮਕ, ਮਿਰਚ, ਹਲਦੀ ਅਤੇ ਗਰਮ ਮਸਾਲਾ, ਜ਼ਿਆਦਾ ਕੁਛ ਨਹੀਂ ਪਾਉਂਦੇ ਹੁੰਦੇ ਆਪਾਂ। ਥੋੜ੍ਹਾ ਜਿਹਾ ਇਹਦੇ ਵਿੱਚ ਮੈਂ ਪਾਣੀ ਜਿਹਾ ਪਾ ਦੂੰਗੀ, ਜ਼ਿਆਦਾ ਨਹੀਂ, ਥੋੜ੍ਹਾ ਪਾਵਾਂਗੇ। ਲਓ ਜੀ ਹੁਣ ਮੈਂ ਕਰਤੇ ਆਲੂ ਐਡ, ਆਲੂ ਵਗੈਰਾ ਐਡ ਕਰਤੇ, ਅਤੇ ਬਾਅਦ 'ਚ ਬਸ ਮੈਂ ਪਾਲਕ ਪਾ ਦੂੰਗੀ ਇਹਦੇ ਵਿੱਚ, ਕਿਉਂਕਿ ਪਤਾ ਹੀ ਆ ਪਾਣੀ ਤਾਂ ਪਾਉਣ ਦੀ ਲੋੜ ਪੈਂਦੀ ਨਹੀਂ, ਪਾਲਕ ਆਪ ਹੀ ਬਥੇਰਾ ਖੜ ਜਾਂਦਾ। ਬਸ ਆਪਣੀ ਭੁਰਜੀ ਵਗੈਰਾ ਜਿਹੜੀ ਆ ਤਿਆਰ ਹੋ ਜੂਗੀ, ਅਤੇ ਫਿਰ ਮੈਂ ਥੋੜ੍ਹੇ ਜਿਹੇ ਟਾਈਮ ਨੂੰ ਡੋਗੀਆਂ ਦੀਆਂ ਰੋਟੀਆਂ ਬਣਾ ਦੂੰਗੀ। ਐਵੇਂ ਮੇਰੇ ਜਿਹੜੇ ਸ਼ਾਮ ਦੇ ਕੰਮ ਨੇ, ਇੱਕ ਤਾਂ ਹੁਣ ਗਰਮੀ ਬਹੁਤ ਜ਼ਿਆਦਾ ਹੋ ਗਈ, ਬਹੁਤ ਜ਼ਿਆਦਾ ਕਿਚਨ ਦੇ ਵਿੱਚ ਤਾਂ ਖੜਿਆ ਵੀ ਨਹੀਂ ਜਾਂਦਾ ਹੈਗਾ, ਬਹੁਤ ਔਖਾ ਬਈ। ਇੱਕ ਤਾਂ ਮੇਰਾ BP ਬਹੁਤ ਲੋਅ ਹੋ ਜਾਂਦਾ ਗਰਮੀ ਦੇ ਵਿੱਚ, ਬਹੁਤ ਮੁਸ਼ਕਿਲ ਆ ਹਰ ਗਰਮੀ ਦੇ ਵਿੱਚ ਕੰਮ ਕਰਨ ਨੂੰ। ਹੁਣ ਤਾਂ ਐਂ ਹੁੰਦਾ ਵੀ ਜਿੰਨੀ ਜਲਦੀ ਆ ਕੰਮ ਨਿਬੇੜ ਕੇ ਰਸੋਈ ਦੇ ਬਸ ਚਲੇ ਜਾਵੋ, ਰਸੋਈ 'ਚੋਂ ਬਹਿ ਜਾਓ ਬਸ ਪੱਖੇ ਹੇਠਾਂ। ਪਾਲਕ ਆਪਾਂ ਐਡ ਕਰਤਾ ਬਸ ਥੋੜ੍ਹੇ ਜਿਹੇ ਟਾਈਮ ਨੂੰ, ਇਹ ਤੁਹਾਨੂੰ ਪਤਾ ਹੀ ਹੈ ਤਾਂ ਥੋੜ੍ਹੀ ਜਿਹੀ ਰਹਿ ਜਾਣੀ ਹੈ ਜੀ। ਚਲ ਆਪਣੀ ਭੁਰਜੀ ਦਾ ਬਸ ਬਣਨੀ ਆਪਾਂ ਰੱਖਤੀ ਹੈਗੀ। ਹਾਂਜੀ ਭੁਰਜੀ ਬਣਾਉਣ ਤੋਂ ਬਾਅਦ ਮੈਂ ਲੱਗ ਗਈ ਸੀਗੀ ਭਾਂਡੇ ਸਾਫ਼ ਕਰਨ। ਮੈਂ ਕਿਹਾ ਚਲੋ ਨਾਲ ਦੀ ਨਾਲ ਜਿਹੜੇ ਭਾਂਡੇ ਥੋੜ੍ਹੇ ਜਿਹੇ ਨੇ ਉਹ ਵੀ ਹੈ ਨਾ ਨਾਲ ਦੀ ਨਾਲ ਚੱਕ ਦਿੱਤੇ ਜਾਣ, ਬਾਹਲੇ ਇਕੱਠੇ ਹੋ ਜਾਂਦੇ ਨੇ ਤਾਂ ਬਾਹਲਾ ਔਖਾ ਹੋ ਜਾਂਦਾ ਹੈ ਨਾ। ਅਤੇ ਮੇਰੀ ਕੋਸ਼ਿਸ਼ ਇਹੀ ਰਹਿੰਦੀ ਆ ਵੀ ਨਾਲ ਦੀ ਨਾਲ ਜਿਹੜੀ ਕਲੀਨਿੰਗ ਆ ਭਾਂਡਿਆਂ ਵਗੈਰਾ ਦੀ ਜਾਂ ਹੋਰ ਮੈਂ ਨਾਲ ਦੀ ਨਾਲ ਕਰੀ ਜਾਵਾਂ, ਕਿਉਂਕਿ ਜਿੰਨਾ ਚਿਰ ਆਪਾਂ ਭਾਂਡੇ ਨਹੀਂ ਚੱਕਦੇ ਉਨਾ ਚਿਰ ਕਿਆ ਨਾ ਮਤਲਬ ਅਨਕੰਫਰਟੇਬਲ ਜਿਹਾ ਆਪਣੇ ਆਪ ਨੂੰ ਫੀਲ ਹੋਈ ਜਾਂਦਾ ਰਹਿੰਦਾ ਵੀ ਬਰਤਨ ਵਾਸ਼ ਕਰ ਦਈਏ ਹੈ ਨਾ ਪਹਿਲਾਂ। ਅਤੇ ਇੱਥੇ ਤੁਸੀਂ ਦੇਖ ਸਕਦੇ ਹੋ ਮੇਰੇ ਫੇਸ ਦਾ ਹਾਲ,
ਬਹੁਤ ਹੀ ਮੁਰਝਾਇਆ ਹੋਇਆ ਮੇਰਾ ਜਿਹੜਾ ਫੇਸ ਆ ਹੋ ਚੁੱਕਿਆ ਹੈਗਾ। ਮਤਲਬ ਕਿ ਅੱਜ ਕੱਲ੍ਹ ਪਤਾ ਨਹੀਂ ਸਰੀਰ 'ਚ ਐਨਰਜੀ ਨਹੀਂ ਰਹਿੰਦੀ ਹੈਗੀ, ਬਹੁਤ ਔਖਾ ਲੱਗਦਾ ਹੈਗਾ ਕੰਮ ਕੁੰਮ ਕਰਨਾ, ਅਤੇ ਆਪਣੇ ਆਪ ਨੂੰ ਵੀ ਟਾਈਮ ਨਹੀਂ ਦਿੱਤਾ ਜਾਂਦਾ ਹੈਗਾ। ਅਤੇ ਇੱਧਰ ਭੁਰਜੀ ਮਤਲਬ ਕਿ ਬਣ ਗਈ ਹੈਗੀ ਅਤੇ ਰੋਟੀਆਂ ਦੀ ਤਿਆਰੀ ਹੁਣ ਚੱਲ ਰਹੀ ਹੈਗੀ। ਅਤੇ ਇੱਥੇ ਮੈਂ ਲੱਗ ਗਈ ਸੀਗੀ ਮਤਲਬ ਕਿ ਡੋਗੀਆਂ ਦੀਆਂ ਰੋਟੀਆਂ ਬਣਾਉਣ ਸਭ ਤੋਂ ਪਹਿਲਾਂ। ਹੁਨਰ ਅਤੇ ਉਹਦੀ ਦਾਦੀ ਗਏ ਹੋਏ ਸੀਗੇ ਦੁਕਾਨ 'ਤੇ, ਅਤੇ ਮੈਂ ਕਿਹਾ ਵੀ ਚਲੋ ਉਹਨਾਂ ਦੇ ਆਉਣ ਤੋਂ ਪਹਿਲਾਂ ਪਹਿਲਾਂ ਜਿਹੜੇ ਮੇਨ ਕੰਮ ਨੇ ਉਹ ਨਿਬੇੜ ਲਏ ਜਾਣ। ਅਤੇ ਇੱਥੇ ਮੈਂ ਲੱਗ ਗਈ ਸੀਗੀ ਸਭ ਤੋਂ ਪਹਿਲਾਂ ਡੋਗੀਆਂ ਦੀਆਂ ਰੋਟੀਆਂ ਬਣਾਉਣ, ਅਤੇ ਬਸ ਇਸ ਤੋਂ ਬਾਅਦ ਆਪਣੀਆਂ ਹੀ ਰੋਟੀਆਂ ਰਹਿ ਜਾਣਗੀਆਂ, ਉਹ ਤਾਂ ਲੇਟ ਬਣਾਉਣੇ ਹੁੰਦੇ ਹੈਗੇ। ਅਤੇ ਇੱਥੇ ਪਤਾ ਨਹੀਂ ਮੈਂ ਕੀ ਕਰਨ ਚਲੀ ਗਈ ਸੀਗੀ, ਅਤੇ ਬਸ ਡੋਗੀਆਂ ਦੀਆਂ ਰੋਟੀਆਂ ਬਣਾ ਰਹੇ ਹਾਂਗੇ। ਅਤੇ ਅੱਜ ਕੱਲ੍ਹ ਮੇਰੇ ਤੋਂ ਆਪਦਾ ਵੀ ਜਿਹੜਾ ਖਿਆਲ ਆ ਬਿਲਕੁਲ ਨਹੀਂ ਰੱਖ ਹੁੰਦਾ ਹੈਗਾ, ਆਪਾਂ ਉਹਨੂੰ ਕਹਿ ਦਿੰਦੇ ਹਾਂਗੇ ਸੈਲਫ ਕੇਅਰ, ਹੈ ਨਾ। ਜਿਹੜੀ ਸੈਲਫ ਕੇਅਰ ਆ ਉਹ ਜਮ੍ਹਾਂ ਨਹੀਂ ਮੇਰੇ ਤੋਂ ਹੋ ਪਾ ਰਹੀ ਹੈਗੀ, ਮੈਂ ਬਿਲਕੁਲ ਵੀ ਆਪਣੇ ਆਪ ਵੱਲ ਧਿਆਨ ਨਹੀਂ ਦੇ ਰਹੀ ਹੈਗੀ। ਬਹੁਤ ਮਤਲਬ ਕਿ ਨਾ ਮਨ ਵੱਲ ਧਿਆਨ ਦਿੱਤਾ ਜਾਂਦਾ ਅਤੇ ਨਾ ਹੀ ਕਹਿ ਦਈਏ ਫੇਸ ਵੱਲ, ਹੈ ਨਾ। ਮਨ ਵੀ ਅਪਸੈਟ ਰਹਿੰਦਾ, ਸਰੀਰ ਵੀ ਅਪਸੈਟ ਰਹਿੰਦਾ। ਜਿੰਨਾ ਚਿਰ ਕਹਿੰਦੇ ਹੁੰਦੇ ਆਪਾਂ ਮਨ ਨਹੀਂ ਠੀਕ ਕਰਦੇ ਹੈਗੇ, ਮਨ ਨਹੀਂ ਜਿੰਨਾ ਚਿਰ ਸ਼ਾਂਤ ਹੁੰਦਾ ਉਨਾ ਚਿਰ ਜਿਹੜਾ ਹੁੰਦਾ ਸਰੀਰ ਉਹ ਵੀ ਨਹੀਂ ਠੀਕ ਹੁੰਦਾ। ਸਰੀਰ ਨੂੰ ਵੀ ਫਿਰ ਨਿੱਤ ਨਵੀਂ ਜਿਹੜੀ ਬਿਮਾਰੀ ਆ ਲੱਗੀ ਰਹਿੰਦੀ ਹੈ, ਜਿਵੇਂ ਮੈਨੂੰ ਲੱਗੀ ਰਹਿੰਦੀ ਹੈ, ਕਦੇ ਮੇਰਾ ਕੁਛ ਦੁੱਖ ਗਿਆ, ਕਦੇ ਮੇਰਾ ਕੁਛ ਦੁੱਖ ਗਿਆ। ਇਹ ਪਰੇਸ਼ਾਨੀ ਆ ਜਿਹੜੀ ਮੈਨੂੰ ਰਹਿੰਦੀ ਹੈ। ਅਤੇ ਇੱਧਰ ਟੋਕੀਆਂ ਦੀਆਂ ਰੋਟੀਆਂ ਬਣ ਗਈਆਂ ਸੀ, ਆਪਣਾ ਮੋਟਾ ਗੁੰਨ ਕੇ ਰੱਖਤਾ ਸੀ, ਅਤੇ ਹੁਣ ਮੈਂ ਚੱਕਿਆ ਡੋਗੀਆਂ ਦਾ ਆਪਣੇ ਜਿਹੜੇ ਛੋਟੇ ਪਪੀਸ ਨੇਗੇ ਕਤੂਰੇ ਨੇ, ਉਹਨਾਂ ਨੂੰ ਹੁਣ ਪਿਲਾਉਣਾ ਆ ਦੁੱਧ, ਅਤੇ ਉਹਨਾਂ ਦੇ ਲਈ ਸੈਰਲੈਕ ਲਿਆਉਣਾ ਆਪਾਂ ਪੈਟ ਪਾਰਟੀ। ਇਹ ਡੋਗੀਜ਼ ਦਾ ਹੁੰਦਾ ਆ ਸੈਰਲੈਕ, ਛੋਟੇ ਜਿਹੜੇ ਪਪੀਸ ਹੁੰਦੇ ਨੇਗੇ, ਉਹਨਾਂ ਦਾ ਦੁੱਧ ਹੋ ਰਿਹਾ ਹੈਗਾ ਗਰਮ, ਥੋੜ੍ਹਾ ਜਿਹਾ ਗਰਮ ਕਰਕੇ ਵਿੱਚ ਨੂੰ ਪਾ ਕੇ ਮਿਕਸ ਕਰਕੇ ਆਪਾਂ ਪਾ ਲਿਆ ਚੁੰਗਣੀ ਦੇ ਵਿੱਚ। ਇਹ ਸਪੈਸ਼ਲ ਇਹਨਾਂ ਲਈ ਉਹ ਲਿਆਂਦੀ ਹੋਈ ਹੈ ਚੁੰਗਲੀ ਡਰੋਲਸ ਦੀ, ਅਤੇ ਇਹ ਪਤਾ ਕੀ ਹੈਗਾ ਥੋੜ੍ਹਾ ਜਿਹਾ ਐਂ ਹੋ ਜਾਂਦਾ ਵੀ ਇਹਦੇ ਨਾਲ ਰੱਜ ਜਾਂਦੇ ਆ ਤਾਂ ਦਿਨ 'ਚ ਦੋ ਜਾਂ ਤਿੰਨ, ਮੇਰੀ ਕੋਸ਼ਿਸ਼ ਰਹਿੰਦੀ ਆ 3 ਵਾਰ ਸਵੇਰੇ ਦੁਪਹਿਰੇ ਸ਼ਾਮ ਮੈਂ ਚੁੰਗਣੀ ਨਾਲ ਇਹਨਾਂ ਨੂੰ ਦੁੱਧ ਪਿਲਾ ਦੇਣੀ ਹੁੰਦੀ ਆ। ਬਾਕੀ ਤਾਂ ਚਲੋ ਇਹਦੀ ਮੰਮਾ ਦਾ ਮਤਲਬ ਆਪਦੀ ਮਾਂ ਦਾ ਪੀਂਦੇ ਹੀ ਨੇ, ਬਟ ਫਿਰ ਵੀ ਸਾਡੇ ਮਨ ਨੂੰ ਜਿਹੜੀ ਆ ਸ਼ਾਂਤੀ ਮਿਲ ਜਾਂਦੀ ਆ, ਅਤੇ ਥੋੜ੍ਹਾ ਜਿਹਾ ਜਿਹੜਾ ਆਪਣੀ ਆਲੀ ਹੈਗੀ ਉਹਨੂੰ ਵੀ ਥੋੜ੍ਹੀ ਜਿਹੀ ਰੈਸਟ ਮਿਲ ਜਾਂਦੀ ਹੈਗੀ, ਉਹ ਵੀ ਵਿਚਾਰੀ ਆਰਾਮ ਦੇ ਨਾਲ ਪੈ ਜਾਂਦੀ ਆ, ਕਿਉਂਕਿ ਇਹ ਵਾਲਾ ਦੁੱਧ ਥੋੜ੍ਹਾ ਜਿਹਾ ਹੈਵੀ ਹੁੰਦਾ, ਵਿੱਚ ਸੈਰੇਲੈਕ ਪੈ ਜਾਂਦਾ ਅਤੇ ਕਤੂਰੇ ਵਾਹਵਾ ਟਾਈਮ ਤੱਕ ਨਾ। ਇਹ ਸੀਗਾ ਜੀ ਅੱਜ ਦਾ ਆਪਣਾ ਵਲੌਗ, ਚੈਨਲ ਨੂੰ ਬਹੁਤ ਸਾਰਾ ਜਿਹੜਾ ਪਿਆਰ ਦਿੰਦੇ ਰਹੋ, ਅਤੇ ਓਕੇ ਜੀ, ਬਾਏ ਬਾਏ, ਮਿਲਦੇ ਹਾਂਗੇ ਨੈਕਸਟ ਵਲੌਗ ਦੇ ਨਾਲ।